ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਹੋਰ ਜੀ, ਅਤੇ ਮੰਨ ਲਓ ਵੀ ਤੁਸੀਂ ਕੋਈ ਨੁਸਖਾ ਸਾਡੇ ਚੈਨਲ 'ਤੇ ਦੱਸਿਆ ਜਾਂਦਾ ਉਹਦੀ ਸਾਡੀ ਕੋਈ ਜਿਹੜੀ ਉਹ ਨਹੀਂ ਹੁੰਦੀ, ਠੀਕ ਹੈ। ਕਈ ਵਾਰ ਕੋਈ ਕਿਸੇ ਦੀ ਕੋਈ ਦਵਾਈ ਚੱਲਦੀ ਹੁੰਦੀ ਹੈ ਤਾਂ ਉਹ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ, ਠੀਕ ਹੈ। ਜਾਂ ਕੋਈ ਗਰਭਵਤੀ ਔਰਤਾਂ ਉਹ ਇਹ ਨਾ ਲੈਣ, ਇਹ ਜ਼ਰੂਰ ਧਿਆਨ ਰੱਖੋ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਖਤਰਾ LSI ਕੇ ਯੂਟਿਊਬ ਚੈਨਲ 'ਤੇ, ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਜੀ। ਅੱਜ ਦੀ ਵੀਡੀਓ ਜੀ, ਪਿੱਠ ਢੂਈ ਦੇ ਦਰਦ, ਸਾਡੇ ਏਰੀਏ ਢੂਈ ਬੋਲਦੇ, ਇਸ ਲਈ ਮੈਂ ਢੂਈ ਲਿਖਿਆ ਹੋਇਆ ਥੰਬਨੇਲ 'ਤੇ, ਪਿੱਠ ਵੀ ਲਿਖਿਆ, ਪਿੱਠ ਦਾ ਦਰਦ ਇਲਾਜ ਦੇਸੀ ਤਰੀਕੇ ਨਾਲ। ਦੇਸੀ ਤਰੀਕੇ ਨਾਲ ਕਿਵੇਂ ਜੀ? ਵੀ 100% ਪਹਿਲੀ ਗੱਲ ਤਾਂ ਇਹ ਨੁਸਖਾ ਸੀ ਜਿਹੜਾ ਖੁਦ ਵਰਤਿਆ ਹੋਇਆ ਹੈਗਾ, ਠੀਕ ਹੈ। ਅਤੇ ਜੇਕਰ ਤੁਹਾਡੇ ਵੀ ਕੋਈ ਗੋਡੇ ਮੋਢੇ ਜਾਂ ਢੂਈ ਦਾ ਦਰਦ ਹੁੰਦਾ, ਤਾਂ ਤੁਹਾਡੀ ਉਮਰ ਵੀ ਕੁਛ ਨਹੀਂ, ਮੇਰੀ ਉਮਰ 27-28 ਕੁ ਸਾਲ ਹੈ, ਅਤੇ ਪਰ ਵੀ ਢੂਈ ਦੇ ਦਰਦ ਦੀ ਗੱਲ ਤੁਹਾਨੂੰ ਦੱਸ ਦਾਂਗੇ, ਫਿਰ ਹੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੱਲ। ਅਤੇ ਆਹ ਸਮਾਨ ਵੀ ਤੁਹਾਨੂੰ ਦੱਸਾਂਗੇ ਕੀ ਪਾਉਣਾ। ਅਤੇ ਇਹ ਕੀ ਹੋਇਆ, ਢੂਈ ਦਾ ਦਰਦ ਹੋਣ ਲੱਗਿਆ ਕੁਝ ਥੋੜ੍ਹਾ ਜਿਹਾ ਭਾਰੀ ਚੀਜ਼ ਚੱਕਣ ਨਾਲ, ਅਤੇ ਉਹ ਲਗਾਤਾਰ ਹੁੰਦਾ ਰਿਹਾ। ਜਦੋਂ ਮੰਨ ਲਓ ਮੈਂ ਪੈ ਜਾਂਦਾ ਸੀ ਜਾਂ ਬਹਿ ਜਾਂਦਾ ਸੀ 10-20 ਮਿੰਟ, ਤਾਂ ਬਿਲਕੁਲ ਜੁੜ ਜਾਂਦੀ ਸੀ ਢੂਈ, ਸਵੇਰੇ ਵੀ ਉੱਠਿਆ ਨਹੀਂ ਜਾਂਦਾ ਸੀ, ਢੂਈ ਦਾ ਥੱਲੜਾ ਹਿੱਸਾ, ਠੀਕ ਹੈ ਜੀ। ਅਤੇ ਆਪਾਂ ਡਰ ਬਹਿ ਜਾਂਦਾ ਵੀ ਕੋਈ ਮਣਕੇ ਦੀ ਪ੍ਰੋਬਲਮ ਨਾ ਹੋਵੇ ਜਾਂ ਹੋਰ ਅਜਿਹਾ। ਐਕਸਰੇ ਵਗੈਰਾ ਕਰਾਏ, ਉਹਨਾਂ ਦੇ ਵਿੱਚ ਕੁਝ ਨਹੀਂ ਆਇਆ, ਉਹ ਕਹਿੰਦੇ ਬਾਈ 5-10 ਦਿਨਾਂ ਦੀ ਦਵਾਈ ਖਾ ਲਓ, MRI ਕਰਾ ਲਿਓ, 10,000 ਰੁਪਇਆ 8 ਲੱਗਦਾ ਹੈਗਾ, 6 ਵੀ ਲੱਗਦਾ। ਅਤੇ ਉਹ ਦਵਾਈ ਜਿਹੜੀ ਖਾਧੀ ਉਹ ਵੀ ਬਹੁਤ ਗਰਮ ਸੀ, ਦਿਨ ਵੇਲੇ ਉਹਦੇ ਨਾਲ ਨੀਂਦ ਆਉਂਦੀ ਸੀ, ਰਾਤ ਵੇਲੇ ਨੀਂਦ ਆਉਂਦੀ ਨਹੀਂ ਸੀ, ਜਿਵੇਂ ਕਿ ਆਪਾਂ ਜਾਣਦੇ ਹਾਂ ਐਲੋਪੈਥੀ ਦਵਾਈਆਂ ਦੇ ਸਾਈਡ ਇਫੈਕਟ ਹੁੰਦੇ ਨੇ। ਐਮਰਜੈਂਸੀ ਲਈ ਐਲੋਪੈਥੀ ਦਵਾਈ ਵਧੀਆ। ਅਤੇ ਇਹ ਵੀਡੀਓ ਥੋੜ੍ਹੀ ਲੰਬੀ ਹੈ, 10-11 ਮਿੰਟ ਦੀ ਹੈ। ਜੇਕਰ ਤੁਹਾਨੂੰ ਇਹ ਪ੍ਰੋਬਲਮ ਹੈ ਢੂਈ ਦੀ, ਗੋਡੇ ਮੋਢਿਆਂ ਦੀ ਦਰਦ ਦੀ, ਛੋਟੀ ਉਮਰ ਹੈ ਤੁਹਾਡੀ, ਤਾਂ ਇਹ 100% ਨੁਸਖਾ ਕੰਮ ਕਰੂਗੀ। ਜੇਕਰ ਉਮਰ ਜ਼ਿਆਦਾ ਵੀ ਹੈ ਤਾਂ ਇਹ ਮੇਰੀ ਮਾਤਾ ਦੇ ਦੱਸਣ ਅਨੁਸਾਰ ਤਾਂ ਇਹ ਕੰਮ ਕਰਦੀ ਹੈ ਚੀਜ਼, ਠੀਕ ਹੈ ਜੀ। ਬਹੁਤ ਵਧੀਆ ਹੈਗੀ, ਉਹਨਾਂ ਨੇ ਮੈਨੂੰ ਦੱਸਿਆ, ਮੈਂ ਯਕੀਨ ਨਹੀਂ ਕਰਿਆ ਪਹਿਲਾਂ, ਮਾਂ ਇਹਦੇ ਨਾਲ ਕੀ ਹੁੰਦਾ ਹੈਗਾ, ਠੀਕ ਹੈ। ਆਪਾਂ ਜਿਵੇਂ ਕਿ ਮਾਡਰਨ ਆ ਜਿਹੜਾ ਹੁਣ ਦੀ ਪੀੜ੍ਹੀ ਹੈ, ਮੇਰੇ ਹਾਣ ਦੇ ਲਾ ਲਓ ਜਾਂ ਮੈਥੋਂ ਛੋਟੇ, ਉਹ ਤਾਂ ਇਹੀ ਮੰਨਦੇ ਹੈਗੇ ਵੀ ਦਵਾਈਆਂ ਠੀਕ ਹੈਗੀਆਂ, ਦੇਸੀ ਚੀਜ਼ਾਂ ਖਾਣ ਨਾਲ ਕੀ ਹੁੰਦਾ। ਅਤੇ ਮੈਂ ਵੀ ਯਕੀਨ ਨਹੀਂ ਕਰਿਆ, ਮੈਂ ਹਾਂ ਢੂਈ ਦੁਖਦੀ ਹੈ, ਵਾਧਾ ਵੱਧ ਜੂਗਾ, ਮੈਂ ਐਕਸਰੇ ਵਗੈਰਾ ਕਰਾਉਂਦਾ ਫਿਰਿਆ, ਦਵਾਈ ਖਾਂਦਾ ਫਿਰਿਆ, ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਅਤੇ ਜਿਹੜੀ ਇਹਦੇ ਨਾਲ ਚੌਥੇ 5ਵੇਂ ਦਿਨ ਮੈਨੂੰ ਆਰਾਮ ਮਿਲ ਗਿਆ, ਬਿਲਕੁਲ ਹਟ ਗਿਆ। ਬਾਕੀ ਡਾਕਟਰ ਨੇ ਕਿਹਾ ਸੀ ਕੰਮ ਨਾ ਕਰੀ, ਭਾਰ ਨਾ ਚੱਕੀ, ਇਹਦੇ 'ਚ ਮੈਂ ਉਹ ਵੀ ਨਹੀਂ ਕੁਛ ਬੰਦ ਕਰਿਆ ਭਾਰ ਚੱਕਣਾ ਜਾਂ ਕੰਮ ਕਰਨਾ। ਅਤੇ ਪਰ ਵੀ ਢੂਈ ਜਿਹੜੀ ਮੇਰੀ ਬਿਲਕੁਲ 100% ਠੀਕ ਹੋ ਗਈ। ਪਹਿਲਾਂ ਕਦੇ ਦੁਖੀ ਨਹੀਂ ਸੀ, 10 ਦਿਨ ਦੁਖੀ, ਦਵਾਈਆਂ ਨਾਲ ਠੀਕ ਨਹੀਂ ਹੋਈ, ਜੈਲਾਂ ਵਗੈਰਾ ਵੀ ਲਾਈਆਂ, ਕੁਛ ਨਹੀਂ ਇਹਦੇ ਨਾਲ ਫਰਕ ਪਿਆ। ਹੁਣ ਤੁਸੀਂ ਆਖੋਗੇ ਉਹ ਭਕਾਈ ਮਾਰੀ ਜਾਂਦਾ, ਤਾਂ ਆਪਾਂ ਵੀਡੀਓ ਸ਼ੁਰੂ ਕਰ ਲਈਏ। ਕਈ ਵੀਰ ਕਮੈਂਟ ਕਰ ਦਿੰਦੇ, ਪਿਛਲੀ ਪਿੱਛੇ ਇੱਕ ਵੀਡੀਓ 'ਤੇ ਕਰਿਆ ਸੀ, ਬਹੁਤ ਕੰਮ ਦੀ ਵੀਡੀਓ ਸੀ ਉਹ, 10-15 ਮਿੰਟ ਦੀ, ਉਹ ਬੰਦਾ ਕਹਿੰਦਾ ਬਾਈ ਤੂੰ ਹੀ ਭਕਾਈ ਮਾਰੀ ਜਾਂਦਾ। ਤਾਂ ਵੀਰ ਮੈਨੇ ਜਿਨ੍ਹਾਂ ਨੂੰ ਭਕਾਈ ਲੱਗਦੀ ਵੀਡੀਓ ਨਾ ਦੇਖੋ, ਜਿੰਨਾ ਕੁ ਮੈਨੂੰ ਆਪ ਨੂੰ ਕੁਛ ਪਤਾ ਲੱਗਦਾ, ਮੈਨੂੰ ਜਾਣਕਾਰੀ ਸਹੀ ਲੱਗਦੀ, ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਆਪਣੀ ਜ਼ਿੰਦਗੀ ਦਾ, ਠੀਕ ਹੈ। ਅਤੇ ਤੁਸੀਂ ਦੇਖਣਾ ਨਾ ਦੇਖਣਾ, ਚੰਗਾ ਲੱਗਣਾ ਨਾ ਲੱਗੋ, ਠੀਕ ਹੈ, ਲੱਖ ਤੋਂ ਉੱਤੇ ਲੋਕ ਜੁੜੇ ਹੋਏ ਨੇ, ਉਹ ਪਾਗਲ ਨਹੀਂ ਹੈਗੇ, ਲੱਖ ਲੋਕ ਜੇ ਮੈਂ ਪਾਗਲ ਹਾਂ ਤਾਂ ਉਹ ਵੀ ਲੱਖ ਲੋਕ ਵੀ ਪਾਗਲ ਹੀ ਹੈਗੇ ਫਿਰ। ਅਤੇ ਹੁਣ ਤੁਹਾਨੂੰ ਦੱਸਦੇ ਹਾਂ ਸਮਾਨ, ਨੋਟ ਕਰ ਲਓ, ਕਾਪੀ ਪੈਨ ਲੈ ਲਓ, ਭਾਵੇਂ ਵੀਡੀਓ ਦੇਖ ਲਓ ਦੁਬਾਰੇ ਤੁਸੀਂ, ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਆਹ ਵੀਡੀਓ ਤੁਹਾਡੀ ਅੱਡ ਚੱਲ ਰਹੀ ਹੈ, ਮੈਂ ਤੁਹਾਨੂੰ ਦੱਸੀ ਕੁਛ ਹੋਰ ਜਾਣਾ ਹੈਗਾ, ਆਹ ਜੈਲ ਦਿੱਤੀ ਸੀ ਡਾਕਟਰ ਨੇ, ਇਹਦਾ ਵੀ ਕੋਈ ਮੈਨੂੰ ਖਾਸ ਰਿਜ਼ਲਟ ਨਹੀਂ ਮਿਲਿਆ, ਇਹਦੇ ਉਹਨੇ ਕਿਹਾ ਸੀ ਵੀ ਇਹਦਾ ਡਬਲ ਰਿਜ਼ਲਟ ਹੈ, ਠੀਕ ਹੈ, ਕੋਈ ਇਹਦਾ ਡਬਲ ਰਿਜ਼ਲਟ ਨਹੀਂ ਮਿਲਿਆ। ਗੋਲੀਆਂ ਦੇ ਪੱਤੇ ਮੇਰੇ ਕੋਲ ਹੁਣ ਹੈ ਨਹੀਂ, ਮੈਂ ਸੈੱਟ 'ਤੇ ਉਹ, ਅਤੇ ਉਹ ਵੀ ਤੁਹਾਨੂੰ ਨਹੀਂ ਦਿਖਾਉਣ ਦਾ, ਬਹੁਤ ਤੇਜ਼ ਉਹ ਦਵਾਈ ਸੀਗੀ, ਕੋਈ 100 mg ਦੀ ਗੋਲੀ, ਕੋਈ 150 mg ਦੀ, ਇੱਕ ਗੋਲੀ ਤਾਂ 625 mg ਦੀ ਸੀਗੀ, ਜਿਹੜੀ ਕਿ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈਗੀ। ਹੁਣ ਗੱਲ ਕਰਦੇ ਹਾਂ ਜੀ ਆਪਾਂ ਸਮਾਨ ਦੀ। ਸਭ ਤੋਂ ਪਹਿਲਾਂ ਤਾਂ ਜੀ ਤੁਸੀਂ 1 ਕਿਲੋ ਦੇਸੀ ਘਿਓ ਲੈਣਾ, ਮੈਂਸ ਦਾ ਹੋਵੇ ਤਾਂ ਬਾਹਲੀ ਵਧੀਆ ਗੱਲ ਆ, ਉਹ 'ਚ ਜ਼ਿਆਦਾ ਤਾਕਤ ਹੁੰਦੀ ਹੈ, ਗਾਂ ਦਾ ਵੀ ਚੱਲ ਜੂਗਾ। ਜੇਕਰ ਦੇਸੀ ਘਿਓ ਤੁਹਾਡੇ ਨਹੀਂ ਹੈਗਾ 1 ਕਿਲੋ, ਠੀਕ ਹੈ, ਕਈ ਵਾਰ ਨਹੀਂ ਹੁੰਦਾ, ਕੋਈ ਪਸ਼ੂਆਂ ਦਾ ਨਹੀਂ ਸ਼ੌਕੀਨ ਹੁੰਦਾ, ਜਾਂ ਕੋਈ ਸ਼ਹਿਰੀ ਲੋਕ ਵੀ ਦੇਖ ਰਹੇ ਹੁੰਦੇ ਵੀਡੀਓ ਆਪਣੀ, ਤਾਂ ਕਿਸੇ ਨੇੜੇ ਦੇ ਗੁਰੂ ਘਰ ਜਾਂ ਕਿਤੇ ਹੋਰ ਬਹੁਤ ਜਗ੍ਹਾ 'ਤੇ ਆਪਾਂ ਨੂੰ ਘਿਓ ਮਿਲਦਾ, ਮੁੱਲ 500-600 ਰੁਪਏ ਕਿਲੋ ਮਿਲਦਾ ਹੈਗਾ, ਉੱਥੋਂ ਲੈ ਸਕਦੇ ਹੋਗੇ, ਠੀਕ ਹੈ। ਜਾਂ ਜੇ ਕਿਤੇ ਉੱਥੇ ਨਹੀਂ ਮਿਲਦਾ, ਨੇੜੇ ਕਿਸੇ ਦੇ ਮਿਲਦਾ ਉਹ ਲੈ ਲਓ, ਜੇਕਰ ਤੁਹਾਨੂੰ ਕਿਤੋਂ ਦੇਸੀ ਘਿਓ ਨਹੀਂ ਮਿਲਦਾ ਤਾਂ ਬੇਰਕਾ ਦਾ ਘਿਓ ਲੈ ਲਓ, ਇਹ ਠੀਕ ਹੁੰਦਾ ਹੈਗਾ। ਹੋਰ ਬਹੁਤ ਸਾਰੀਆਂ ਕੰਪਨੀਆਂ ਆਉਂਦੀਆਂ ਨੇ, ਪਰ ਉਹ ਘਿਓ ਨਹੀਂ ਹੁੰਦਾ, ਉਹ 'ਚ ਬਹੁਤ ਜ਼ਿਆਦਾ ਰਲਾਵਟ ਹੁੰਦੀ, ਬੇਰਕਾ ਦਾ ਘਿਓ ਲੈ ਲਓ, ਕਿਤੇ ਡੈਰੀ ਤੋਂ ਲੈ ਲਓ, ਮੰਨ ਲਓ ਪਿਓਰ ਦੇਸੀ ਘਿਓ ਲੈ ਲਓ, ਠੀਕ ਹੈ ਜੀ। ਪਾਈ ਆ ਜਿਹੜੀ ਤੁਸੀਂ ਗੂੰਦ ਲੈਣੀ ਹੈ, 1 ਕਿਲੋ ਦੇਸੀ ਘਿਓ ਪਿਓਰ, ਪਿਓਰ 'ਤੇ ਮੈਂ ਜ਼ੋਰ ਤਾਂ ਦੇ ਰਿਹਾ, ਕੰਮ ਫੇਰ ਹੀ ਕਰੂਗਾ ਇਹ, ਜੇ ਦੇਸੀ ਤੁਸੀਂ ਰਲਾਵਟ ਵਾਲਾ ਲੈ ਲਿਆ ਉਹ ਨਹੀਂ ਕੰਮ ਕਰਦਾ। ਪਾਈ ਆ ਗੂੰਦ, ਆ ਗੂੰਦ ਦੇਖ ਲਓ ਇਹ ਜੀ ਹੋਊਗੀ, ਪਿੰਡਾਂ 'ਚੋਂ ਆਮ ਦੁਕਾਨਾਂ ਤੋਂ ਮਿਲ ਜਾਂਦੀ ਹੈ, ਜੇ ਦੁਕਾਨ ਤੋਂ ਨਹੀਂ ਮਿਲਦੀ ਤਾਂ ਸ਼ਹਿਰ 'ਚੋਂ ਪੰਸਾਰੀ ਦੀ ਦੁਕਾਨ ਤੋਂ ਇਹ ਗੂੰਦ ਮਿਲ ਜੂ। ਆਹ ਦੇਸੀ ਖੰਡ ਸੀਗੀ ਚਿੱਟੀ ਜਿਹੜੀ ਪਈ ਹੈ, ਠੀਕ ਹੈ ਜੀ, ਇਹ ਤੁਸੀਂ ਲੈ ਸਕਦੇ ਹੋ। ਅਤੇ
ਇਹ ਤੁਸੀਂ ਸਵਾਦ ਅਨੁਸਾਰ ਲੈ ਲਿਓ। ਵੈਸੇ 1 ਕਿਲੋ ਦੇਸੀ ਖੰਡ ਅਸੀਂ ਪਾਈ ਇਹਦੇ ਵਿੱਚ, ਅਤੇ ਜਮੈਣ 100 ਗ੍ਰਾਮ, ਜਮੈਣ 50 ਗ੍ਰਾਮ ਆ ਜਿਹੜੀ ਕਾਲੀ ਮਿਰਚ ਤੁਸੀਂ ਲੈਣੀ ਹੈ, ਤੁਸੀਂ ਬੋਲ ਰਿਹਾ ਮੈਂ ਤੁਹਾਨੂੰ ਠੀਕ। 1 ਕਿਲੋ ਦੇਸੀ ਘਿਓ, 1/2 ਕਿਲੋ ਆਟਾ, ਪਾਈ ਆ ਗੂੰਦ, 100 ਗ੍ਰਾਮ ਜਮੈਣ, 50 ਗ੍ਰਾਮ ਕਾਲੀ ਮਿਰਚ, ਇਹ ਲੈ ਲਓ। ਹੁਣ ਕੀ ਇਹਨੂੰ ਇਹ ਜਿਹੜਾ ਸਮਾਨ ਹੈ, ਹੁਣ ਪਾਈ ਆ ਗੂੰਦ, 100 ਗ੍ਰਾਮ ਜਮੈਣ, 50 ਗ੍ਰਾਮ ਕਾਲੀ ਮਿਰਚ, ਇਹਨੂੰ ਬਿਲਕੁਲ ਬਰੀਕ ਪੀਸ ਲਓ। ਕੂੰਡਾ ਹੈਗਾ ਪੱਥਰ ਦਾ, ਉਹ 'ਚ ਕੁੱਟ ਲਓ ਘੋਟੇ ਨਾਲ, ਠੀਕ ਹੈ। ਨਹੀਂ ਤਾਂ ਮਿਕਸੀਆਂ ਸਭ ਦੇ ਲਗਭਗ ਹੈਗੀਆਂ, ਜੇ ਨਹੀਂ ਹੈਗੀ ਤਾਂ ਕੂੰਡੇ 'ਚੋਂ ਵਰਤੋਂ ਕਰੋ। ਇਹਨੂੰ ਬਿਲਕੁਲ ਬਰੀਕ ਕਰ ਲਓ, ਕਿਉਂਕਿ ਇਹ ਤੁਸੀਂ ਖਾਣਾ ਹੈਗਾ, ਜੇ ਬਰੀਕ ਨਾ ਹੋਇਆ ਤਾਂ ਤੁਹਾਡੇ ਜੜ੍ਹਾਂ ਥੱਲੇ ਆਈ ਗਈ ਗੂੰਦ, ਤੁਹਾਨੂੰ ਤੰਗ ਕਰੂਗੀ। ਅਤੇ 100 ਗ੍ਰਾਮ ਜਮੈਣ, 50 ਗ੍ਰਾਮ ਕਾਲੀ ਮਿਰਚ, ਪਾਈ ਆ ਗੂੰਦ, 1/2 ਕਿਲੋ ਆਟਾ, 1 ਕਿਲੋ ਦੇਸੀ ਘਿਓ। ਹੁਣ ਕੀ ਕਰਨਾ ਤੁਸੀਂ, 1/2 ਕਿਲੋ ਆਟੇ ਨੂੰ 1 ਕਿਲੋ ਘਿਓ 'ਚ ਭੁੰਨ ਲਓ, ਕੜਾਹੀ 'ਚ ਪਾ ਕੇ ਭੁੰਨ ਲਓ। ਆਮ ਬੁੜੀਆਂ ਨੂੰ ਆਪਣੇ ਘਰਾਂ 'ਚ ਪਤਾ ਹੀ ਹੁੰਦਾ, ਜੇ ਨਹੀਂ ਪਤਾ ਤਾਂ ਸਿੱਧਾ ਤੁਸੀਂ ਪਹਿਲਾਂ ਆਟਾ ਪਾ ਲਓ, ਘਿਓ ਪਾ ਲਓ 1 ਕਿਲੋ, ਠੀਕ ਹੈ। ਉਹਨੂੰ ਭੁੰਨ ਲਓ, ਜਦੋਂ ਚੰਗੀ ਤਰ੍ਹਾਂ ਆਟਾ ਭੁੰਨਿਆ ਗਿਆ, ਘਿਓ ਦੇ ਵਿੱਚ ਰਲ ਗਿਆ, ਉਹਨੂੰ ਥੱਲੇ ਲਾ ਲਓ। ਜਦੋਂ ਥੋੜ੍ਹਾ ਬਹੁਤ ਨਿੱਘਾ ਜਿਹਾ ਹੋ ਗਿਆ ਨਾ, ਉਦੋਂ ਉਹਦੇ ਵਿੱਚ ਗੂੰਦ, ਕਾਲੀ ਮਿਰਚ ਅਤੇ ਜਮੈਣ, ਜਿਹੜਾ ਵੀ ਆਪਣਾ ਸਮਾਨ ਆ ਸਾਰਾ, ਇਹਨੂੰ ਚੰਗੀ ਤਰ੍ਹਾਂ ਕੜਛੀ ਨਾਲ ਰਲਾ ਲਓ। ਰਲਾਉਣਾ ਕਿਵੇਂ ਹੈ, ਇੱਕ ਹੱਥ ਨਾਲ ਤੁਸੀਂ ਛਾਣਾ ਦੇਈ ਜਾਓ ਉੱਤੇ, ਇੱਕ ਕੜਛੀ ਮਾਰੀ ਜਾਓ, ਇੱਕ ਹੱਥ ਨਾਲ ਛਾਣਾ ਦੇਈ ਜਾਓ, ਇੱਕ ਹੱਥ ਨਾਲ ਕੜਛੀ ਹੈ ਜਿਹੜੀ ਮਾਰੀ ਜਾਓ, ਆਹ ਅਕਸਰਾ ਵੀ ਮੈਂ ਤੁਹਾਨੂੰ ਦਿਖਾ ਰਿਹਾ ਸੀ। ਇਸ ਤਰ੍ਹਾਂ ਰਲਾ ਲਓ ਤੁਸੀਂ ਕੜਛੀ ਨਾਲ, ਜਦੋਂ ਤੁਸੀਂ ਚੰਗੀ ਤਰ੍ਹਾਂ ਰਲਾ ਲਿਆ, ਉਦੋਂ ਬਾਅਦ ਅਸੀਂ ਤਾਂ ਇਹਦੇ ਵਿੱਚ ਇੰਨੇ ਕੁ ਸਮਾਨ 'ਚ 1 ਕਿਲੋ ਦੇਸੀ ਖੰਡ ਰਲਾਈ ਹੈ, ਤੁਸੀਂ ਕੁਛ ਵੀ ਰਲਾ ਸਕਦੇ ਹੋ, ਠੀਕ ਹੈ। 1 ਕਿਲੋ ਦੇਸੀ ਖੰਡ ਰਲਾ ਲਓ, ਅਤੇ ਕਿਉਂਕਿ ਜਿੰਨਾ ਕੁ ਮਿੱਠਾ ਹੋਊਗਾ ਤੁਹਾਨੂੰ ਸਵਾਦ ਲੱਗੂ। ਜੇਕਰ ਤੁਹਾਨੂੰ ਸ਼ੂਗਰ ਵਗੈਰਾ, ਆਮ ਤੌਰ 'ਤੇ ਹਰੇਕ ਘਰ 'ਚ ਸ਼ੂਗਰ ਦੇ ਦੋ ਦੋ ਚਾਰ ਚਾਰ ਮਰੀਜ਼ ਹੋਏ ਪਏ, ਇਹ ਵੀ ਬਹੁਤ ਵੱਡੀ ਬਿਮਾਰੀ ਹੈ, ਬੁਰਾ ਹਾਲ। ਇਹਦੇ ਵੀਡੀਓ ਪਾਵਾਂਗੇ, ਇੱਕ ਪਾਈ ਹੋਈ ਹੈ ਸ਼ੂਗਰ ਹੈ, ਜੇ ਕਿਸੇ ਨੂੰ ਉਹ ਵੀ ਦੇਖ ਸਕਦੇ ਹੋ। ਪੈਨਕਰਿਆਜ਼ ਦੀ ਨਾੜ ਕੰਮ ਕਰਨ ਲੱਗ ਹਟ ਜਾਂਦੀ ਹੈ ਅਤੇ ਸ਼ੂਗਰ ਦਾ ਲੈਵਲ ਵਧਣਾ ਸ਼ੁਰੂ ਹੋ ਜਾਂਦਾ। ਜੇਕਰ ਸ਼ੂਗਰ ਹੈ ਤਾਂ ਖੰਡ ਘੱਟ ਪਾ ਲਓ, ਥੋੜ੍ਹੀ ਬਹੁਤ ਪਾ ਲਓ, ਨਾ ਪਾਓ। ਅਤੇ ਇਹਨੂੰ ਤੁਸੀਂ ਖਾਣਾ ਕਿਵੇਂ ਹੈ, ਇਸ ਤਰ੍ਹਾਂ ਦਾ ਹੀ ਬਣ ਜੂ, ਪੰਜੀਰੀ ਕਹਿ ਦਿੰਦੇ, ਇਹਨੂੰ ਰਲਿਆ ਕਹਿ ਦਿੰਦੇ ਕੋਈ। ਜਦੋਂ ਤੁਸੀਂ ਦਿਨ 'ਚ ਜਦੋਂ ਵੀ ਚਾਹ ਪੀਵੋ, ਉਦੋਂ ਇਹਦੇ ਨਾਲ 4-5 ਚਮਚੇ ਖਾ ਲਓ। ਕਿਸੇ ਨੂੰ ਤਾਂ ਸਵਾਦ ਲੱਗੂ, ਕਿ ਉਹ ਤਾਂ ਵੱਧ ਵੀ ਖਾ ਸਕਦਾ, ਪਰ ਵੀ ਮੇਰੇ ਹਿਸਾਬ ਨਾਲ ਤੁਸੀਂ 50-60 ਗ੍ਰਾਮ ਖਾਓ, 100 ਗ੍ਰਾਮ ਡੇਲੀ ਖਾਓ, ਉਹ ਤੁਹਾਨੂੰ ਵੱਧ ਰਿਜ਼ਲਟ ਦੇਊਗਾ, ਸਰੀਰ ਉਹਨੂੰ ਪਚਾ ਸਕੂਗਾ ਚੰਗੀ ਤਰ੍ਹਾਂ, ਵੇਸਟੇਜ ਨਹੀਂ ਜਾਊਗਾ ਉਹ। ਤਾਂ ਇਹਦੇ ਨਾਲ ਹੁਣ ਹੋਊਗੀ ਕੀ, ਇਹਦੇ ਨਾਲ ਤੁਹਾਡੀ ਪਹਿਲੀ ਗੱਲ ਤਾਂ ਪਿੱਠ ਦਾ ਦਰਦ, ਲੋਅਰ ਪਾਰਟ ਜਿਹੜਾ ਢੂਈ ਦਾ ਹੁੰਦਾ, ਥੱਲੋਂ ਦੁਖਦੀ ਹੁੰਦੀ ਹੈ ਢੂਈ, ਜਾਂ ਤਾਂ ਜਾਂ ਦੁਖਦੀ ਹੁੰਦੀ ਹੈ ਧੌਣ ਕੋਲੋਂ, ਜਿਹੜੀ ਰੀੜ੍ਹ ਦੀ ਹੱਡੀ ਹੈ, ਮੇਨ ਅੰਗ ਆ ਸਰੀਰ ਦਾ, ਜੇ ਤੁਹਾਡਾ ਇਹ ਖਤਮ ਹੋ ਗਿਆ, ਖੜ ਗਿਆ ਜਾਂ ਢੂਈ ਦੁਖਦੀ ਰਹੀ, ਤਾਂ ਤੁਹਾਡੀ ਜ਼ਿੰਦਗੀ ਲਗਭਗ ਅੱਧੀ ਰਹਿ ਗਈ। ਇਹ ਚੀਜ਼ ਨਾਲ ਬਹੁਤ ਜ਼ਿਆਦਾ ਮੌਤਾਂ ਹੁੰਦੀਆਂ ਨੇ। ਜਦੋਂ ਤੁਸੀਂ ਚਾਹ ਪੀਓ, 4-5 ਚਮਚੇ ਖਾ ਲਓ, ਢੂਈ, ਮੋਢੇ ਦਾ ਦਰਦ, ਠੀਕ ਹੈ, ਗੋਡੇ ਜਾਂ ਕਿਸੇ ਦਾ ਕੋਈ ਅੰਗ, ਲੱਤ ਜਾਂ ਮਾਂਹ ਟੁੱਟੀ ਹੁੰਦੀ, ਉਹ ਦਰਦ ਕਰਦੀ ਹੈਗੀ ਕਈ ਵਾਰ, ਜਿਵੇਂ ਹੁਣ ਸਰਦੀ ਆ ਰਹੀ ਹੈ ਅੱਗੇ, ਉਹ ਦਰਦ ਕਰਦੀ ਹੈ, ਤਾਂ ਉਹਦੇ ਲਈ ਵੀ ਇਹ ਬਹੁਤ ਫਾਇਦੇਮੰਦ ਆ, ਉਹ ਜੋੜ ਹੈ ਜਿਹੜੇ ਦਰਦ ਕਰਨੋਂ ਹਟ ਜਾਂਦੇ ਨੇ। 1-2 ਨੁਸਖੇ ਹੋਰ ਵੀ ਨੇ, ਜਿਵੇਂ ਕਲੌਂਜੀ, ਜਮੈਣ ਵਗੈਰਾ, ਉਹ ਅਸੀਂ ਤੁਹਾਨੂੰ ਫੇਰ ਦੱਸਾਂਗੇ। ਉਹ ਬਹੁਤ ਜ਼ਿਆਦਾ ਗਰਮ ਚੀਜ਼ ਹੈ, ਜਿਵੇਂ ਉਹ ਸਿਰਫ 1/2 ਚਮਚਾ ਖਾਣੀ ਹੈ ਤੀਜੇ ਦਿਨ, ਉਹ ਵੀ ਅਸੀਂ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ। ਪਰ ਕਈ ਲੋਕ ਕੀ ਹੈ, ਚਮਚਾ ਮਾਰਦਾ ਅਗਲਾ ਕਹਿੰਦਾ ਤਾਂ ਉਹ ਨੁਕਸਾਨ ਕਰ ਜਾਂਦੀ ਹੈ, ਲੈਟਰਿੰਗਾਂ ਲੱਗ ਜਾਂਦੀਆਂ, ਉਹਦਾ ਨਹੀਂ ਫਾਇਦਾ ਚੀਜ਼ ਦਾ, ਚੀਜ਼ ਉਨੀ ਖਾਓ ਜਿੰਨਾ ਤੁਹਾਡਾ ਸਰੀਰ ਚੱਲਦਾ ਹੈਗਾ, ਠੀਕ ਹੈ। ਪਹਿਲਾਂ ਵਾਲੇ ਬਜ਼ੁਰਗ ਦੇਸੀ ਘਿਓ ਕਿੰਨਾ ਕਿੰਨਾ ਖਾ ਜਾਂਦੇ, ਕੋਈ ਉਹਨਾਂ ਨੂੰ ਕਿਸੇ ਨੂੰ ਹਾਰਟ ਅਟੈਕ ਨਹੀਂ ਹੁੰਦਾ ਸੀ। ਹੁਣ ਡਾਕਟਰ ਕਹਿੰਦੇ ਦੁੱਧ ਵੀ ਨਾ ਪੀਓ, ਘਿਓ ਵੀ ਨਾ ਖਾਓ, ਅਤੇ ਦਬਾਂਗਾਂ ਖਾਈ ਜਾਓ, ਉਹ ਵੀ ਬਹੁਤ ਜ਼ਿਆਦਾ ਗਰਮ ਨੇ, ਉਹਨਾਂ ਦੇ ਸਾਈਡ ਇਫੈਕਟ ਨੇ, ਜਿਵੇਂ ਕਿ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਢੂਈ ਦੀ ਦਵਾਈ ਮੈਂ ਖਾਧੀ ਸੀ, ਦਿਨ ਵੇਲੇ ਨੀਂਦ ਆਉਂਦੀ ਰਹਿੰਦੀ, ਅੱਖਾਂ ਮੂਹਰੇ ਐਂ ਮਿਚੀ ਜਾਣੀਆਂ, ਅਤੇ ਰਾਤ ਨੂੰ ਨੀਂਦ ਆਉਂਦੀ ਨਹੀਂ ਸੀ, ਤਾਂ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਗਾ, ਠੀਕ ਹੈ ਜੀ। ਤਾਂ ਤੁਸੀਂ ਉਹ ਚੀਜ਼ਾਂ ਨਾ ਕਰੋ, ਆਹ ਦੇਖੋ, ਆਹ 'ਤੇ ਵੀ ਘਿਓ ਇਸ ਤਰ੍ਹਾਂ ਉੱਪਰ ਆਉਂਦਾ ਰਹੇਗਾ, ਜੇਕਰ ਤੁਸੀਂ ਸਹੀ ਮਾਤਰਾ 'ਚ ਘਿਓ ਪਾਓਗੇ, ਅਤੇ ਬਹੁਤ ਸਵਾਦ ਵੀ ਬਣਦਾ, ਮੈਨੂੰ ਤਾਂ ਇਹ ਵਧੀਆ ਲੱਗਿਆ। ਅਤੇ ਬਾਕੀ ਬੰਦਿਆਂ ਜਿਹੜਾ ਪਿੱਠ ਦਰਦ ਨਾਲ ਬਹੁਤ ਜ਼ਿਆਦਾ ਔਖਾ ਹੁੰਦਾ, ਸਾਰਾ ਦਿਨ ਝੁਕਣਾ ਬੈਠਣਾ ਔਖਾ ਹੈਗਾ, ਅਤੇ ਜੇ ਛੋਟੀ ਉਮਰ ਆ ਤੁਹਾਡੀ, ਬਿਲਕੁਲ ਖਾਓ, 45 ਸਾਲ ਦੀ ਉਮਰ ਤੱਕ ਤਾਂ ਢੂਈ ਹੈ ਜਿਹੜੀ, ਅੰਗ ਪੈਰ ਆ ਬੰਦੇ ਦੇ ਦੁਖਣੇ ਨਹੀਂ ਚਾਹੀਦੇ। ਆਯੁਰਵੈਦ 'ਚ ਕਈ ਗੱਲਾਂ 'ਤੇ ਮੈਨੂੰ ਨਹੀਂ ਯਕੀਨ ਸੀ, ਪਰ ਵੀ ਜਦੋਂ ਆਪਾਂ ਵਰਤਦੇ ਹਾਂ, ਕਈ ਥਾਂ ਐਲੋਪੈਥੀ ਜਿੱਥੇ ਦਵਾਈ ਨਹੀਂ ਕੰਮ ਕਰਦੀ, ਆਯੁਰਵੈਦ ਉੱਥੇ ਇੰਨਾ ਵਧੀਆ ਕੰਮ ਕਰਦੀ ਹੈ ਵੀ ਉਹਦੇ ਬਹੁਤ ਵਧੀਆ ਨਤੀਜੇ ਨੇ। ਕਈ ਚੀਜ਼ਾਂ ਇਹੋ ਜਿਹੀਆਂ ਜਦੋਂ ਐਮਰਜੈਂਸੀ ਟਾਈਮ ਹੈ ਤਾਂ ਉਦੋਂ ਐਲੋਪੈਥੀ ਭਾਵ ਅੰਗਰੇਜ਼ੀ ਦਵਾਈਆਂ ਕੰਮ ਕਰਦੀਆਂ। ਤਾਂ ਆਹ ਦੇਖੋ, ਆਹ ਅਕਸਰਾ ਵੀ ਕਰਾਇਆ ਸੀ ਮੈਂ, ਇਹਦੇ ਵਿੱਚ ਡਾਕਟਰ ਕਹਿੰਦਾ ਕੁਛ ਨਹੀਂ ਆਇਆ, ਕਹਿੰਦਾ ਹੋ ਸਕਦਾ ਮਾੜੀ ਮੋਟੀ ਸੋਜ ਹੋਵੇ, ਕਹਿੰਦਾ ਮੈਂ ਕਿਹਾ ਵੀ ਦਰਦ ਇੰਨਾ ਜ਼ਿਆਦਾ, ਸੋਜ ਫਿਰ ਇਹ ਲਹੂ ਕਿਵੇਂ, ਉਹਨੇ ਦਵਾਈ ਦੇ ਤੀ, ਮੈਂ ਕਹਿੰਦਾ ਕੰਮ ਵੀ ਨਹੀਂ ਕਰਨਾ, ਪਿਆ ਵੀ ਰਿਹਾ, ਪਰ ਉਹਦੇ ਨਾਲ ਦਰਦ ਹੈ ਜਿਹੜਾ ਨਹੀਂ ਹਟਿਆ। ਪਰ ਜਿਹੜੀ ਇਹ ਚੀਜ਼ ਤੁਹਾਨੂੰ ਦੱਸੀ ਹੈ, ਇਹਦੇ ਨਾਲ 4-5 ਦਿਨਾਂ 'ਚ ਮੈਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ। ਮੈਂ 10 ਦਿਨ ਹਜੇ ਖਾਧੀ ਨਹੀਂ, ਉਹ ਵੀ ਤੁਸੀਂ ਦੇਖਿਆ ਜਿੰਨਾ ਕੁ ਸਮਾਨ ਤੁਹਾਨੂੰ ਦੱਸਿਆ ਉਨੇ ਕੁ ਦੀ ਬਣਾਈ ਹੈ, ਆ ਇਹਦੇ ਵਿੱਚੋਂ ਵੀ ਇੰਨੀ
ਪਈ ਆ ਹਲੇ ਸਿਰਫ, ਅਤੇ ਇਹਨੂੰ ਤੁਸੀਂ ਖਾ ਲਓ ਇਹ ਬਹੁਤ, ਇਹਦਾ ਬਾਕੀ ਕੋਈ ਸਾਈਡ ਇਫੈਕਟ ਨਹੀਂ ਹੈਗਾ, ਠੀਕ ਹੈ, ਕੋਈ ਸਾਈਡ ਇਫੈਕਟ ਨਹੀਂ ਇਹਦਾ। ਆਹ ਮੈਨੂੰ ਟੂਬ ਦਿੱਤੀ ਸੀ, ਇਹਦਾ ਵੀ ਕੋਈ ਕੰਮ ਨਹੀਂ ਸੀਗਾ, ਅਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ, ਬਹੁਤ ਫਾਇਦੇਮੰਦ ਹੈ। ਜੇਕਰ ਤੁਹਾਡੀ ਢੂਹੀ ਦੁਖਦੀ ਹੈ, ਇੱਕ ਵਾਰ ਮੇਰੇ ਕਹਿਣ 'ਤੇ ਜ਼ਰੂਰ ਇਹ ਬਣਾ ਕੇ ਖਾ ਲਓ। ਇਹਨੂੰ ਬਣਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ, ਗਲਤ ਨਾ ਹੋਵੇ, ਘਿਓ ਪਿਓਰ ਹੋਵੇ। ਹੋਰ ਚੀਜ਼ ਤਾਂ ਆਪਾਂ ਨੂੰ ਚਲੋ ਪਿਓਰਟੀ ਮਿਲ ਹੀ ਜਾਂਦੀ ਹੈ, ਘਿਓ ਜਿਹੜਾ ਬਹੁਤ ਜ਼ਿਆਦਾ ਨਕਲੀ ਆਉਂਦਾ ਹੈ, ਤਾਂ ਇਹ ਤੁਸੀਂ ਜ਼ਰੂਰ ਖਾ ਸਕਦੇ ਹੋ। ਹੋ ਸਕੇ ਤਾਂ ਤੁਸੀਂ ਦੇਸੀ ਘਿਓ ਹੀ ਘਰ ਦਾ ਲਓ, ਕਿਉਂਕਿ ਉਹ ਪਿਓਰ ਹੈ ਸਭ ਤੋਂ ਜ਼ਿਆਦਾ, ਅਤੇ ਇਹ ਚੀਜ਼ਾਂ ਬਹੁਤ ਕੰਮ ਦੀਆਂ ਨੇ। ਹੋਰ ਵੀ ਬਹੁਤ ਸਾਰੀਆਂ ਆਯੁਰਵੈਦ 'ਤੇ ਅਸੀਂ ਵੀਡੀਓ ਪਾਈਆਂ, ਜਿਵੇਂ ਸ਼ੂਗਰ ਦਾ ਇਲਾਜ ਦੇਸੀ ਤਰੀਕੇ ਨਾਲ। ਮੇਰੀ ਦਾਦੀ ਨੂੰ ਸ਼ੂਗਰ ਸੀ, ਅਤੇ ਉਹਨਾਂ ਨੂੰ 10 ਸਾਲ ਹੋ ਗਏ ਸੀ ਲਗਭਗ ਸ਼ੂਗਰ ਨੂੰ, ਅਤੇ ਪਰ ਉਹਨਾਂ ਦਾ ਕੰਟਰੋਲ 'ਚ ਰਿਹਾ ਸ਼ੂਗਰ ਉਹ ਚੀਜ਼ ਨਾਲ। ਉਹ ਵੀਡੀਓ ਤੁਸੀਂ ਸਾਡੇ ਚੈਨਲਾਂ 'ਤੇ ਜਾ ਕੇ ਇਹਦੇ ਦੇਖ ਸਕਦੇ ਹੋ, ਪਲੇਲਿਸਟ ਜਾਂ ਅੱਡ ਕੈਟਾਗਰੀ ਦੇ ਹਿਸਾਬ ਨਾਲ 600+ ਅਸੀਂ ਵੀਡੀਓ ਪਾਤੀ, ਤੁਹਾਡੀ ਹੈਲਪ ਲਈ ਪਾਈ ਹੈ, ਫਰਦਾਂ ਵਾਲੀਆਂ ਪਾਈਆਂ, ਹੋਰ ਵੀ ਕੰਮ ਦੀ ਵੀਡੀਓ ਪਾਈ ਹੈ। ਤੁਹਾਡਾ ਕੋਈ ਸਵਾਲ ਹੈ ਜ਼ਰੂਰ ਦੱਸਿਓ, ਤਾਂ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਨਵੇਂ ਚੈਨਲ ਸਬਸਕ੍ਰਾਈਬ ਕਰਕੇ ਜਾਇਓ, ਧੰਨਵਾਦ।